ਜਦੋਂ ਮੈਂ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਥੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਆਈ ਸੀ ਤਾਂ ਸਭ ਤੋਂ ਵੱਡੀ ਮੰਗ ਇੱਥੇ ਖਾਸ ਕਰਕੇ ਲੇਡੀਜ਼ ਨੇ ਕੀਤੀ ਸੀ ਕਿ ਬੱਚਿਆਂ ਨੂੰ ਵੀ ਬਹੁਤ ਖਤਰਾ ਬਣਿਆ ਹੋਇਆ ਤਾਂ ਉਹਦੀ ਕੰਧ ਦੀ ਜਿਹੜੀ ਟੁੱਟੀ ਹੋਈ ਕੰਧ ਦੀ ਸ਼ੁਰੂਆਤ ਅੱਜ ਅਸੀਂ ਕਰ ਦਿੱਤੀ ਹੈ ਤਕਰੀਬਨ 5.5 ਲੱਖ ਦੀ ਲਾਗਤ ਦੇ ਨਾਲ ਇਹ ਜਿਹੜਾ ਸਾਰਾ ਕੰਧ ਦਾ ਕੰਮ ਮੁਕੰਮਲ ਹੋ ਜਾਏਗਾ ਤਕਰੀਬਨ 1.5 ਮਹੀਨੇ ਦੇ ਵਿੱਚ ਇਹ ਕੰਧ ਜਿਹੜੀ ਮੁਕੰਮਲ ਕਰ ਰਹੇ ਸੌਂਪ ਦੂਸਰੇ ਪਾਸੇ ਜਿਹੜੇ ਪਹਿਲਾਂ ਦੀ ਤਰ੍ਹਾਂ ਜਿਹੜੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਜਾ ਰਹੇ ਨੇ ਕਿਸ ਤਰ੍ਹਾਂ ਦਾ ਪ੍ਰੋਸੈਸ ਜਾਏਗਾ ਲੋਕਾਂ ਨੂੰ ਜਿਹੜੇ ਦੇਖੋ ਪੂਰੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਜਿਵੇਂ ਇਸ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਫਸਰਾਂ ਨੂੰ ਵੀ ਨਾਲ ਲੈ ਕੇ ਅਤੇ ਅੱਜ ਐਡਵਰਡਗੰਜ 'ਚ ਵੀ ਇਹੀ ਪ੍ਰੋਗਰਾਮ ਰੱਖਿਆ ਹੋਇਆ ਤਕਰੀਬਨ ਸਾਰੇ ਹਲਕੇ ਨੂੰ ਹੀ ਮੈਂ ਬੁਲਾਇਆ ਹੋਇਆ ਵੀ ਜਿਹੜੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਹੈ ਸ਼ਿਕਾਇਤਾਂ ਆ ਰਹੀਆਂ ਵੀ ਅਫਸਰ ਕੰਮ ਨਹੀਂ ਕਰਦੇ ਹਰੇਕ ਅਫਸਰ ਦੇ ਨਾਲ ਅੱਜ ਅਸੀਂ ਵਰਕਰਾਂ ਦੀ ਮੀਟਿੰਗ ਕਰਾਉਣ ਜਾ ਰਹੇ ਹਾਂ ਸੋ ਦੇਖਦੇ ਹਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਸਾਰੇ ਕੰਮ ਵਿਭਾਗ ਨੇ ਜਿਹੜਾ ਕਿ ਨਰਸਿੰਗਦਾਰਾਂ ਦੀ ਲਿਸਟ ਜਾਰੀ ਕੀਤੀ ਸੀ ਪ੍ਰਸਤਾਵ ਨੂੰ ਦੂਸਰੇ ਪਾਸੇ ਜਿਹੜਾ ਹੈਗਾ ਉਹ ਹੜਤਾਲ 'ਤੇ ਚੱਲਣ ਦਾ ਉਹਨਾਂ ਨੇ ਐਲਾਨ ਕੀਤਾ ਸੀਗਾ ਉਹ ਪੰਜਾਬ ਸਰਕਾਰ ਨੇ ਉਹਨਾਂ ਨੂੰ ਗ੍ਰੀਨ ਚੈੱਕ ਦਿੱਤੀ ਹੈ ਕੀ ਲੱਗਦਾ ਕਿ ਫੈਸਲਾ ਵਾਪਸ ਲੈ ਦੇਖੋ ਜੀ ਜੇ ਕੋਈ ਭ੍ਰਿਸ਼ਟਾਚਾਰ ਕਰਦਾ ਚਾਹੇ ਵਿਜੀਲੈਂਸ ਵਿਭਾਗ ਦਿੰਦਾ ਜਾਂ ਕੋਈ ਕਲੀਨ ਚਿੱਟ ਕਿਸੇ ਨੂੰ ਮਿਲ ਵੀ ਜਾਂਦੀ ਹੈ ਪਰ ਇਨ ਫਿਊਚਰ ਉਹਨੂੰ ਬਖਸ਼ਿਆ ਨਹੀਂ ਜਾਏਗਾ ਜਿਹਦਾ ਇੱਕ ਵਾਰੀ ਨਾਮ ਆ ਗਿਆ ਅਸੀਂ ਉਹਨੂੰ ਹਮੇਸ਼ਾ ਮੋਨੀਟਰ ਕਰਾਂਗੇ ਔਰ ਜਿੱਥੇ ਕਿਤੇ ਵੀ ਉਹਦਾ ਕੋਈ ਇਸ ਤਰ੍ਹਾਂ ਦਾ ਗਲਤ ਕਾਰਵਾਈ ਪਾਈ ਗਈ ਤਾਂ ਉਹਦੇ ਤੇ ਕਾਰਵਾਈ ਜ਼ਰੂਰ ਹੋਏਗੀ ਦੂਸਰੇ ਪਾਸੇ ਜਿਹੜੇ ਕਿ ਜਾਤੀ ਸਰਟੀਫਿਕੇਟ ਬਣਾ ਕੇ ਜਿਵੇਂ ਜਾਤੀ ਸਰਟੀਫਿਕੇਟ ਜਾਂਗੇ ਹੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੱਗੀਆਂ ਹੋਈਆਂ ਪੰਜਾਬ ਸਰਕਾਰ ਉਹਨਾਂ ਵਿਰੁੱਧ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਕਿ ਸਰਟੀਫਿਕੇਟ ਰਿਕਵਰੀ ਪਾਈ ਜਾਂਦੀ ਹੈ ਜਾਂ ਕੋਈ ਮਾਮਲੇ ਕਰਦੇ ਦੇਖੋ ਮੈਂ ਜਦੋਂ ਤੋਂ ਹੀ ਅਸੀਂ ਸ਼ੁਰੂ ਕੀਤਾ ਸਾਡੇ ਕੋਲ ਤਕਰੀਬਨ 93 ਕੇਸ ਸੀਗੇ ਪੈਂਡਿੰਗ ਜਿਨ੍ਹਾਂ 'ਚੋਂ ਅਸੀਂ 28 ਦੇ ਲਗਭਗ ਨਿਪਟਾ ਚੁੱਕੇ ਹਾਂ ਔਰ ਹਰੇਕ ਨੂੰ ਅਸੀਂ ਜਾਲੀ ਸਰਟੀਫਿਕੇਟ ਰੱਦ ਕਰਕੇ ਨੌਕਰੀ 'ਚੋਂ ਵੀ ਬਰਖਾਸਤ ਕਰ ਰਹੇ ਹਾਂ ਔਰ ਜਿੰਨਾ ਵੀ ਬਣਦਾ ਉਹਨਾਂ 'ਤੇ ਐਲੀਗੇਸ਼ਨ ਔਰ ਜਿਹੜੇ ਲੋਕਾਂ ਨੇ ਬਣਾਏ ਆ ਉਹਨਾਂ 'ਤੇ ਵੀ ਅਸੀਂ ਕਾਰਵਾਈ ਕਰਾਂਗੇ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਖਜ਼ਾਨਾ ਭਰਨ ਦੀ ਮੰਗ ਨੂੰ ਲੈ ਕੇ ਜਿਹੜਾ ਰਿਟਾਇਰ ਮੁਲਾਜ਼ਮਾਂ ਦਾ ਜਿਹੜਾ ਹੈਗਾ 200 ਰੁਪਇਆ ਪਰ ਮੰਥ ਕੱਟਣ ਦੀ ਗੱਲ 2400 ਰੁਪਏ ਦੇਖੋ ਜੀ ਅਸੀਂ ਲੋਕਾਂ ਦੇ ਨਾਲ ਖੜ੍ਹੇ ਹਾਂ ਜਿੱਥੇ ਕਿਤੇ ਲੋਕਾਂ ਨੂੰ ਸਾਥ ਅਸੀਂ ਮੰਗਾਂਗੇ ਜਿੱਥੇ ਦੇਣਾ ਪਿਆ ਉੱਥੇ ਦੇਵਾਂਗੇ ਵੀ ਅਤੇ ਜਿੱਥੇ ਲੈਣਾ ਪਿਆ ਉੱਥੇ ਲਵਾਂਗੇ ਵੀ ਇਸ ਦਾ ਵਿਰੋਧ ਕਰਾਂਗੇ ਹਲੇ ਹਰੇਕ ਵਿਧਾਇਕ ਦਾ ਹਰੇਕ ਮੰਤਰੀ ਦੇ ਘਰ ਘਰ ਜਾ ਕੇ ਮੰਗ ਪੱਤਰ ਸਾੜਾਂਗੇ ਬਿਲਕੁਲ ਜੇ ਲੋਕ ਆਉਂਦੇ ਆ ਤਾਂ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ ਉਹਨਾਂ ਦੀ ਮੰਗ 'ਤੇ ਪੂਰਾ ਵਿਚਾਰ ਕੀਤਾ ਜਾਏਗਾ ਜਦੋਂ ਮੈਂ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਥੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਆਈ ਸੀ ਤਾਂ ਸਭ ਤੋਂ ਵੱਡੀ ਮੰਗ ਇੱਥੇ ਖਾਸ ਕਰਕੇ ਲੇਡੀਜ਼ ਨੇ ਕੀਤੀ ਸੀ ਕਿ ਬੱਚਿਆਂ ਨੂੰ ਵੀ ਬਹੁਤ ਖਤਰਾ ਬਣਿਆ ਹੋਇਆ ਤਾਂ ਉਹਦੀ ਕੰਧ ਦੀ ਜਿਹੜੀ ਟੁੱਟੀ ਹੋਈ ਕੰਧ ਦੀ ਸ਼ੁਰੂਆਤ ਅੱਜ ਅਸੀਂ ਕਰ ਦਿੱਤੀ ਹੈ ਤਕਰੀਬਨ 5.5 ਲੱਖ ਦੀ ਲਾਗਤ ਦੇ ਨਾਲ ਇਹ ਜਿਹੜਾ ਸਾਰਾ ਕੰਧ ਦਾ ਕੰਮ ਮੁਕੰਮਲ ਹੋ ਜਾਏਗਾ ਤਕਰੀਬਨ 1.5 ਮਹੀਨੇ ਦੇ ਵਿੱਚ ਇਹ ਕੰਧ ਜਿਹੜੀ ਮੁਕੰਮਲ ਕਰ ਰਹੇ ਸੌਂਪ ਦੂਸਰੇ ਪਾਸੇ ਜਿਹੜੇ ਪਹਿਲਾਂ ਦੀ ਤਰ੍ਹਾਂ ਜਿਹੜੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਜਾ ਰਹੇ ਨੇ ਕਿਸ ਤਰ੍ਹਾਂ ਦਾ ਪ੍ਰੋਸੈਸ ਜਾਏਗਾ ਲੋਕਾਂ ਨੂੰ ਜਿਹੜੇ ਦੇਖੋ ਪੂਰੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਜਿਵੇਂ ਇਸ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਫਸਰਾਂ ਨੂੰ ਵੀ ਨਾਲ ਲੈ ਕੇ ਅਤੇ ਅੱਜ ਐਡਵਰਡਗੰਜ 'ਚ ਵੀ ਇਹੀ ਪ੍ਰੋਗਰਾਮ ਰੱਖਿਆ ਹੋਇਆ ਤਕਰੀਬਨ ਸਾਰੇ ਹਲਕੇ ਨੂੰ ਹੀ ਮੈਂ ਬੁਲਾਇਆ ਹੋਇਆ ਵੀ ਜਿਹੜੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਹੈ ਸ਼ਿਕਾਇਤਾਂ ਆ ਰਹੀਆਂ ਵੀ ਅਫਸਰ ਕੰਮ ਨਹੀਂ ਕਰਦੇ ਹਰੇਕ ਅਫਸਰ ਦੇ ਨਾਲ ਅੱਜ ਅਸੀਂ ਵਰਕਰਾਂ ਦੀ ਮੀਟਿੰਗ ਕਰਾਉਣ ਜਾ ਰਹੇ ਹਾਂ ਸੋ ਦੇਖਦੇ ਹਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਸਾਰੇ ਕੰਮ ਵਿਜੀਲੈਂਸ ਵਿਭਾਗ ਨੇ ਜਿਹੜਾ ਕਿ ਨਰਸਿੰਗਦਾਰਾਂ ਦੀ ਲਿਸਟ ਜਾਰੀ ਕੀਤੀ ਸੀ ਪ੍ਰਸਤਾਵ ਨੂੰ ਦੂਸਰੇ ਪਾਸੇ ਜਿਹੜਾ ਹੈਗਾ ਉਹ ਹੜਤਾਲ 'ਤੇ ਚੱਲਣ ਦਾ ਉਹਨਾਂ ਨੇ ਐਲਾਨ ਕੀਤਾ ਸੀਗਾ ਉਹ ਪੰਜਾਬ ਸਰਕਾਰ ਨੇ ਉਹਨਾਂ ਨੂੰ ਗ੍ਰੀਨ ਚੈੱਕ ਦਿੱਤੀ ਹੈ ਕੀ ਲੱਗਦਾ ਕਿ ਫੈਸਲਾ ਵਾਪਸ ਲੈ ਦੇਖੋ ਜੀ ਜੇ ਕੋਈ ਭ੍ਰਿਸ਼ਟਾਚਾਰ ਕਰਦਾ ਚਾਹੇ ਵਿਜੀਲੈਂਸ ਵਿਭਾਗ ਦਿੰਦਾ ਜਾਂ ਕੋਈ ਕਲੀਨ ਚਿੱਟ ਕਿਸੇ ਨੂੰ ਮਿਲ ਵੀ ਜਾਂਦੀ ਹੈ ਪਰ ਇਨ ਫਿਊਚਰ ਉਹਨੂੰ ਬਖਸ਼ਿਆ ਨਹੀਂ ਜਾਏਗਾ ਜਿਹਦਾ ਇੱਕ ਵਾਰੀ ਨਾਮ ਆ ਗਿਆ ਅਸੀਂ ਉਹਨੂੰ ਹਮੇਸ਼ਾ ਮੋਨੀਟਰ ਕਰਾਂਗੇ ਔਰ ਜਿੱਥੇ ਕਿਤੇ ਵੀ ਉਹਦਾ ਕੋਈ ਇਸ ਤਰ੍ਹਾਂ ਦਾ ਗਲਤ ਕਾਰਵਾਈ ਪਾਈ ਗਈ ਤਾਂ ਉਹਦੇ 'ਤੇ ਕਾਰਵਾਈ ਜ਼ਰੂਰ ਹੋਏਗੀ ਦੂਸਰੇ ਪਾਸੇ ਜਿਹੜੇ ਕਿ ਜਾਤੀ ਸਰਟੀਫਿਕੇਟ ਬਣਾ ਕੇ ਜਿਵੇਂ ਜਾਤੀ ਸਰਟੀਫਿਕੇਟ ਜਾਂਗੇ ਹੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੱਗੀਆਂ ਹੋਈਆਂ ਪੰਜਾਬ ਸਰਕਾਰ ਉਹਨਾਂ ਵਿਰੁੱਧ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਕਿ ਸਰਟੀਫਿਕੇਟ ਰਿਕਵਰੀ ਪਾਈ ਜਾਂਦੀ ਹੈ ਜਾਂ ਕੋਈ ਮਾਮਲੇ ਕਰਦੇ ਦੇਖੋ ਮੈਂ ਜਦੋਂ ਤੋਂ ਹੀ ਅਸੀਂ ਸ਼ੁਰੂ ਕੀਤਾ ਸਾਡੇ ਕੋਲ ਤਕਰੀਬਨ 93 ਕੇਸ ਸੀਗੇ ਪੈਂਡਿੰਗ ਜਿਨ੍ਹਾਂ 'ਚੋਂ ਅਸੀਂ 28 ਦੇ ਲਗਭਗ ਨਿਪਟਾ ਚੁੱਕੇ ਹਾਂ ਔਰ ਹਰੇਕ ਨੂੰ ਅਸੀਂ ਜਾਲੀ ਸਰਟੀਫਿਕੇਟ ਰੱਦ ਕਰਕੇ ਨੌਕਰੀ 'ਚੋਂ ਵੀ ਬਰਖਾਸਤ ਕਰ ਰਹੇ ਹਾਂ ਔਰ ਜਿੰਨਾ ਵੀ ਬਣਦਾ ਉਹਨਾਂ 'ਤੇ ਐਲੀਗੇਸ਼ਨ ਔਰ ਜਿਹੜੇ ਲੋਕਾਂ ਨੇ ਬਣਾਏ ਆ ਉਹਨਾਂ 'ਤੇ ਵੀ ਅਸੀਂ ਕਾਰਵਾਈ ਕਰਾਂਗੇ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਖਜ਼ਾਨਾ ਭਰਨ ਦੀ ਮੰਗ ਨੂੰ ਲੈ ਕੇ ਜਿਹੜਾ ਰਿਟਾਇਰ ਮੁਲਾਜ਼ਮਾਂ ਦਾ ਜਿਹੜਾ ਹੈਗਾ 200 ਰੁਪਇਆ ਪਰ ਮੰਥ ਕੱਟਣ ਦੀ ਗੱਲ 2400 ਰੁਪਏ ਦੇਖੋ ਜੀ ਅਸੀਂ ਲੋਕਾਂ ਦੇ ਨਾਲ ਖੜ੍ਹੇ ਹਾਂ ਜਿੱਥੇ ਕਿਤੇ ਲੋਕਾਂ ਨੂੰ ਸਾਥ ਅਸੀਂ ਮੰਗਾਂਗੇ ਜਿੱਥੇ ਦੇਣਾ ਪਿਆ ਉੱਥੇ ਦੇਵਾਂਗੇ ਵੀ ਅਤੇ ਜਿੱਥੇ ਲੈਣਾ ਪਿਆ ਉੱਥੇ ਲਵਾਂਗੇ ਵਿਰੋਧ ਕਰਾਂਗੇ ਹਲੇ ਹਰੇਕ ਵਿਧਾਇਕ ਦਾ ਹਰੇਕ ਮੰਤਰੀ ਦੇ ਘਰ ਘਰ ਜਾ ਕੇ ਮੰਗ ਪੱਤਰ ਸਾੜਾਂਗੇ ਬਿਲਕੁਲ ਜੀ ਜੇ ਲੋਕ ਆਉਂਦੇ ਆ ਤਾਂ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ ਉਹਨਾਂ ਦੀ ਮੰਗ 'ਤੇ ਪੂਰਾ ਵਿਚਾਰ ਕੀਤਾ ਜਾਏਗਾ